ਅੱਜ ਲੁਧਿਆਣੇ ਦੇ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਮੌਸਮ ਵਿਭਾਗ ਡਾਕਟਰ ਮਨਵੀਤ ਕੌਰ ਕਿੰਗਰਾ ਵੱਲੋਂ ਬਦਲਦੇ ਮੌਸਮ ਬਾਰੇ ਜਾਣਕਾਰੀ ਦਿੱਤੀ ਗਈ, ਜਿਸ ਵਿੱਚ ਉਹਨਾਂ ਵੱਲੋਂ ਦੱਸਿਆ ਗਿਆ ਕਿ ਜਿਹੜਾ ਤਾਂ ਡੇ ਟਾਈਮ ਟੈਂਪਰੇਚਰ ਹੈ ਉਹ ਨੋਰਮਲ ਚੱਲ ਰਿਹਾ, ਪਰ ਜਿਹੜਾ ਰਾਤ ਦਾ ਸਮਾਂ ਹੈ ਉਹ ਨੋਰਮਲ ਤੋਂ ਕਾਫ਼ੀ ਜ਼ਿਆਦਾ ਚੱਲ ਰਿਹਾ, ਅਤੇ ਇਸ ਦੌਰਾਨ ਉਹਨਾਂ ਵੱਲੋਂ ਦੱਸਿਆ ਗਿਆ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਸਿਸਟਮ ਦੇ ਵਿੱਚ ਕੋਈ ਵੀ ਡਿਵੈਲਪਮੈਂਟ ਦੇਖਣ ਨੂੰ ਨਹੀਂ ਮਿਲ ਰਹੀ, ਇਸ ਦੇ ਨਾਲ ਬਰਸਾਤ ਦੇ ਵੀ ਕੋਈ ਆਸਾਰ ਨਹੀਂ ਹਨ। ਇਸ ਦੌਰਾਨ ਮੌਸਮ ਵਿਗਿਆਨਿਕ ਵੱਲੋਂ ਕਿਸਾਨਾਂ ਨੂੰ ਵੀ ਸਲਾਹ ਦਿੱਤੀ ਗਈ। ਹਾਂਜੀ, ਜੇ ਅਸੀਂ ਕਰੰਟ ਵੈਦਰ ਕੰਡੀਸ਼ਨਸ ਦੇਖੀਏ ਤਾਂ ਜਿਹੜਾ ਡੇ ਟਾਈਮ ਟੈਂਪਰੇਚਰ ਨੀਅਰ ਨੋਰਮਲ ਚੱਲ ਰਿਹਾ, ਜਿਵੇਂ ਕੱਲ੍ਹ ਦਾ ਡੇ ਟਾਈਮ ਟੈਂਪਰੇਚਰ 27 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਿਹੜਾ ਕਿ ਨੋਰਮਲ ਸੀ, ਪਰ ਨਾਈਟ ਟਾਈਮ ਟੈਂਪਰੇਚਰ ਜਿਹੜਾ ਨੋਰਮਲ ਤੋਂ ਕਾਫ਼ੀ ਉੱਪਰ ਚੱਲ ਰਿਹਾ ਹੈਗਾ। ਜਿਵੇਂ ਅੱਜ ਦਾ ਜਿਹੜਾ ਨਾਈਟ ਟਾਈਮ ਟੈਂਪਰੇਚਰ 18.6 ਡਿਗਰੀ ਸੈਂਟੀਗ੍ਰੇਡ ਰਿਕਾਰਡ ਕੀਤਾ ਗਿਆ, ਜਿਹੜਾ ਕਿ ਨੋਰਮਲ ਤੋਂ ਲਗਭਗ 7.4 ਡਿਗਰੀ ਸੈਂਟੀਗ੍ਰੇਡ ਉੱਪਰ ਹੈ, ਔਰ ਇਹ ਨਾਈਟ ਟਾਈਮ ਟੈਂਪਰੇਚਰ 13 ਨਵੰਬਰ ਦਾ 1970 ਤੋਂ ਲੈ ਕੇ ਹੁਣ ਤੱਕ ਦਾ ਹਾਈਐਸਟ ਜਿਹੜਾ ਟੈਂਪਰੇਚਰ ਰਿਕਾਰਡ ਕੀਤਾ ਗਿਆ। ਔਰ ਜੇ ਅਸੀਂ ਪਿਛਲੇ ਕੁਛ ਦਿਨਾਂ ਦਾ ਵੀ ਡੇਟਾ ਦੇਖੀਏ ਤਾਂ ਸਾਨੂੰ ਪਤਾ ਚੱਲਦਾ ਕਿ ਪਿਛਲੇ 5 ਦਿਨਾਂ ਤੋਂ ਲਗਾਤਾਰ ਜਿਹੜਾ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਹਾਈਐਸਟ ਚੱਲ ਰਿਹਾ ਹੈਗਾ, ਔਰ 1970 ਤੋਂ ਲੈ ਕੇ ਪਿਛਲੇ 54 ਸਾਲਾਂ ਦਾ ਪਿਛਲੇ 5 ਦਿਨਾਂ ਦਾ ਜਿਹੜਾ ਇਹ ਹਾਈਐਸਟ ਨਾਈਟ ਟਾਈਮ ਟੈਂਪਰੇਚਰ ਰਿਕਾਰਡ ਕੀਤਾ ਗਿਆ, ਕਿਉਂਕਿ ਰੀਜਨ ਦੇ ਵਿੱਚ ਜਿਹੜੀ ਸਮੋਗ ਦੀ ਬੜੀ ਥਿੱਕ ਲੇਅਰ ਬਣੀ ਹੋਈ ਹੈ, ਸੋ ਉਹਦੇ ਕਰਕੇ ਨਾਈਟ ਟਾਈਮ ਟੈਂਪਰੇਚਰ ਦੇ ਵਿੱਚ ਅਸੀਂ ਕੋਈ ਗਿਰਾਵਟ ਨਹੀਂ ਓਬਜ਼ਰਵ ਕਰ ਰਹੇ। ਔਰ ਆਉਣ ਵਾਲੇ ਦਿਨਾਂ ਦੇ ਵਿੱਚ, ਕਿਉਂਕਿ ਸਿਸਟਮ ਦੀ ਹਲੇ ਕੋਈ ਡਿਵੈਲਪਮੈਂਟ ਨਹੀਂ ਹੈ, ਸੋ ਬਾਰਿਸ਼ ਦੀ ਆਉਣ ਵਾਲੇ ਦਿਨਾਂ ਦੇ ਵਿੱਚ ਕੋਈ ਪ੍ਰੈਡਿਕਸ਼ਨ ਨਹੀਂ ਹੈ। ਬਿਲਕੁਲ ਜੀ, ਕਿਉਂਕਿ ਆਲਰੇਡੀ ਜਿਹੜਾ ਸਮੋਕ ਹੇਜ਼ੀ ਕੰਡੀਸ਼ਨਸ ਪਹਿਲਾਂ ਹੀ ਰੀਜਨ ਦੇ ਵਿੱਚ ਬਣੀਆਂ ਹੋਈਆਂ ਸੀਗੀਆਂ, ਪਰ ਹੁਣ ਕੱਲ੍ਹ ਤੋਂ ਫੋਗ ਵੀ ਸਟਾਰਟ ਹੋ ਗਈ ਹੈ, ਸੋ ਸਮੋਗ ਉਹਦੇ ਨਾਲ ਬਣੀ ਹੋਈ ਹੈ, ਸੋ ਇਹਦੇ ਨਾਲ ਸਾਰਿਆਂ ਨੂੰ ਹੀ ਜਿਹੜੀ ਕੁਛ ਡਿਫੀਕਲਟੀਜ਼ ਦਾ ਸਾਹਮਣਾ ਕਰਨਾ ਪੈ ਸਕਦਾ, ਸਪੈਸ਼ਲੀ ਇਹ ਸਿਹਤ ਦੇ ਲਈ ਇਹਦਾ ਬੜਾ ਨੁਕਸਾਨ ਹੈ। ਸੋ ਅਸੀਂ ਸਾਰਿਆਂ ਨੂੰ ਇਹੀ ਸਲਾਹ ਦੇ ਰਹੇ ਹਾਂ ਕਿ ਇਸ ਤਰ੍ਹਾਂ ਦੀਆਂ ਕੰਡੀਸ਼ਨਸ ਦੇ ਵਿੱਚ ਡਾਇਰੈਕਟ ਐਕਸਪੋਜ਼ਰ ਅਵੋਇਡ ਕਰਨਾ ਚਾਹੀਦਾ, ਜਿੰਨਾ ਹੋ ਸਕੇ ਇਨਡੋਰ ਰਹਿਣਾ ਚਾਹੀਦਾ, ਔਰ ਐਕਸਪੋਜ਼ਰ ਘੱਟ ਕਰਨਾ ਚਾਹੀਦਾ। ਸੈਕਿੰਡਲੀ, ਕਿਉਂਕਿ ਵਿਜ਼ੀਬਿਲਿਟੀ ਵੀ ਹਵਾ ਦੇ ਵਿੱਚ ਕਾਫੀ ਘਟੀ ਹੋਈ ਹੈ, ਸੋ ਉਹਦੇ ਕਰਕੇ ਜੇ ਟਰੈਵਲ ਪਲਾਨਸ ਵੀ ਕਿਸੇ ਦੇ ਹੈਗੇ ਆ ਤਾਂ ਉਹਨਾਂ ਨੂੰ ਇਹਨੂੰ ਧਿਆਨ ਵਿੱਚ ਰੱਖ ਕੇ ਹੀ ਪਲਾਨ ਕਰਨੇ ਚਾਹੀਦੇ ਆ। ਜੀ, ਜੇ ਅਸੀਂ ਫਸਲਾਂ 'ਤੇ ਇਹਦਾ ਅਸਰ ਦੇਖੀਏ ਤਾਂ, ਕਿਉਂਕਿ ਖਰੀਫ ਦੀਆਂ ਜਿਹੜੀਆਂ ਫਸਲਾਂ ਆਲਰੇਡੀ ਹਾਰਵੈਸਟ ਹੋ ਚੁੱਕੀਆਂ ਨੇ, ਔਰ ਜਿਹੜੀਆਂ ਰੱਬੀ ਕ੍ਰੋਪਸ ਨੇ ਉਹਨਾਂ ਦੀ ਹੁਣ ਸੋਇੰਗ ਜਿਹੜੀ ਹੋਣ ਜਾ ਰਹੀ ਹੈ, ਸੋ ਅਸੀਂ ਕੋਈ ਸਿਗਨੀਫਿਕੈਂਟ ਤਾਂ ਨਹੀਂ ਕਹਿ ਸਕਦੇ ਕ੍ਰੋਪਸ 'ਤੇ ਇਹਦਾ ਇਫੈਕਟ, ਪਰ ਫਾਰਮਰਸ ਨੂੰ ਇਹੀ ਦੱਸ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਬਾਰਿਸ਼ ਦੀ ਹਲੇ ਕੋਈ ਪ੍ਰਿਡਿਕਸ਼ਨ ਨਹੀਂ ਹੈ, ਸੋ ਉਹ ਆਪਣੇ ਜਿਹੜੇ ਖੇਤਾਂ ਨੂੰ ਇਰੀਗੇਟ ਕਰਕੇ ਵੀਟ ਦਾ ਜਿਹੜਾ ਸੋਇੰਗ ਕੰਟੀਨਿਊ ਕਰ ਸਕਦੇ ਨੇ।